ਡਾਇਮੰਡ ਤਾਂ ਵੱਡਾ ਹਿੱਸਾ ਲਾਇਆ ਜੀ। ਇਹ ਹਿੱਸੇ ਦਾ ਐਂ ਫਾਇਦਾ ਹੁੰਦਾ ਜੀ ਵੀ ਜਿਹੜਾ ਇਹ ਹਿੱਸਾ ਇਹ ਮੂਹਰਲੇ ਟਾਇਰਾਂ ਦੀ ਟਾਇਰ ਚੱਲਦਾ ਹੈ ਜੀ, ਉਹਦੀ ਪੈਡ ਦੇ ਵਿੱਚ ਚੱਲਦਾ ਹੈ, ਜਿਹਦੇ ਨਾਲ ਇੰਜਣ ਦਾ ਜ਼ੋਰ ਘੱਟ ਲੱਗਦਾ ਜੀ। ਇਹ ਗੇਅਰ ਹੈ ਜੀ, ਗੇਅਰ ਵੀ ਜਿਹੜਾ ਕੰਪਨੀ ਲਾ ਕੇ ਦਿੰਦੀ ਆ ਉਹਦੇ ਨਾਲ ਦਾ ਗੇਅਰ ਲਾਇਆ। ਕ੍ਰੋਸ ਨੇ ਜੀ, ਕ੍ਰੋਸ ਸਾਰੇ ਕਵਰ ਕੀਤੇ ਨੇ ਜੀ ਥੱਲੋਂ, ਮੂਹਰਲੇ ਪਿਛਲੇ ਦੋਏ ਬੀਮ ਆਪਾਂ ਡਬਲ ਕੀਤੇ ਨੇ, ਵੀਡੀਓ ਦੇ ਸਕਦੇ ਹੋ ਜੀ। ਥੱਲੇ ਸਾਰੀ ਸ਼ਾਫਟ ਸਾਰੇ ਕ੍ਰੋਸ ਸਾਰੇ ਕਵਰ ਕੀਤੇ ਹੋਏ ਨੇ, ਥੱਲੇ ਪੂਰਾ ਕਵਰ ਲਾਇਆ ਹੋਇਆ ਜੀ। ਸਾਰੀ ਕਟਾਈ ਚੈੱਕ ਕਰਕੇ, ਸਾਰਾ ਕੁਝ ਚੈੱਕ ਕਰਕੇ ਜੀ ਫਿਰ ਆਪਾਂ ਸਭ ਕੁਝ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਵੀਡੀਓ 'ਚ ਸਭ ਕੁਝ ਦੋਏ ਪਾਸੇ ਕਟਾਈ ਕਰਕੇ, ਅੱਗੇ ਪਿੱਛੇ ਲੀਵਰ ਗੇਅਰ ਦਾ ਲਾ ਕੇ ਸਾਰੇ ਪਾਸੇ, ਮੂਹਰੇ ਨੂੰ ਵੀ ਚਲਾ ਕੇ ਚੈੱਕ ਕਰਦੇ ਹਾਂ ਜੀ, ਪਿੱਛੇ ਨੂੰ ਵੀ ਚਲਾ ਕੇ ਚੈੱਕ ਕਰਦੇ ਹਾਂ, ਸਾਰਾ ਕੁਝ ਚੈੱਕ ਕਰਕੇ ਤਸੱਲੀ ਬਖਸ਼ ਕੰਮ ਕਰਕੇ ਦਿੰਦੇ ਹਾਂ ਜੀ। ਆਹ ਤੁਸੀਂ ਦੇਖ ਸਕਦੇ ਹੋ ਸਾਰੇ ਕ੍ਰੋਸ ਪੂਰੀ 8.5 ਫੁੱਟ ਦੀ ਸ਼ਾਰਟ ਹੁੰਦੀ ਹੈ ਜੀ, ਪੂਰਾ ਸਿਰੇ ਤੋਂ ਪੂਰੇ ਗੇਅਰ ਤੋਂ ਪਿਛਲੇ ਕ੍ਰੋਸ ਤੱਕ ਪੂਰੀ ਕਵਰ ਕਰਕੇ, ਸਾਰੀ ਕਵਰ ਕਰਕੇ ਦਿੱਤੀ ਹੈ ਜੀ। ਸਾਡੇ ਬੈਦਾਂ ਨੇ ਆ ਤੋੜੇ ਰੋ।